ਕੱਲ ਨੂੰ ਅੰਮ੍ਰਿਤਪਾਲ ਦੀ ਡਿਬਰੂਗੜ੍ਹ ਜੇਲ੍ਹ 'ਚੋਂ ਰਿਹਾਈ ਹੋਵੇਗੀ, ਕੱਲ ਨੂੰ ਅੰਮ੍ਰਿਤਪਾਲ MP ਦੀ ਸਹੁੰ ਚੁੱਕਣ ਦੇ ਲਈ ਡਿਬਰੂਗੜ੍ਹ ਜੇਲ੍ਹ 'ਚੋਂ ਬਾਹਰ ਆਉਣਗੇ ਅਤੇ ਪਾਰਲੀਮੈਂਟ ਸਹੁੰ ਚੁੱਕਣ ਜਾਣਗੇ? ਇਹਨਾਂ ਸਵਾਲਾਂ ਦੇ ਜਵਾਬ ਤੁਸੀਂ ਸਾਰੇ ਸੁਣਨਾ ਚਾਹੁੰਦੇ ਹੋ ਅਤੇ ਮੈਂ ਤੁਹਾਨੂੰ ਨਵੀਂ ਜਾਣਕਾਰੀ ਦੇ ਰਿਹਾ। ਵੱਡੀ ਅਤੇ ਨਵੀਂ ਖਬਰ ਆ ਰਹੀ ਹੈ ਕਿ ਕੱਲ੍ਹ ਨੂੰ ਜਦੋਂ ਪਾਰਲੀਮੈਂਟ 'ਚ ਸਾਰੇ MPਆਂ ਨੇ ਸਹੁੰ ਚੁੱਕਣੀ ਹੈ, ਕਿਉਂਕਿ ਅੱਜ ਹੀ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਹੈ ਉਹ ਸ਼ੁਰੂ ਹੋ ਚੁੱਕਾ ਹੋਇਆ ਔਰ ਪਾਰਲੀਮੈਂਟ ਦੇ ਸੈਸ਼ਨ 'ਚ ਅੱਜ ਨਰਿੰਦਰ ਮੋਦੀ ਨੇ ਅਤੇ ਮੰਤਰੀਆਂ ਨੇ MP ਵਜੋਂ ਸਹੁੰ ਚੁੱਕੀ ਹੈ, ਤਾਂ ਉਸ ਤੋਂ ਬਾਅਦ ਕੱਲ੍ਹ ਨੂੰ ਬਾਕੀ ਜਿੱਤੇ ਹੋਏ ਸਾਰੇ MPਆਂ ਨੇ ਸਹੁੰ ਚੁੱਕਣੀ ਹੈ। ਔਰ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਸਹੁੰ ਚੁੱਕਣ ਵਾਲੇ MPਆਂ ਦੀ ਲਿਸਟ ਬਣਾਈ ਗਈ ਹੈ, ਉਸ ਲਿਸਟ ਦੇ ਵਿੱਚ ਅੰਮ੍ਰਿਤਪਾਲ ਸਿੰਘ ਦਾ ਨਾਂ ਵੀ ਲਿਖਿਆ ਗਿਆ। ਸਹੁੰ ਚੁੱਕਣ ਵਾਲੇ MPਆਂ ਦੇ ਵਿੱਚ ਅੰਮ੍ਰਿਤਪਾਲ ਸਿੰਘ ਦਾ ਨਾਂ ਬਾਹਰ ਨਹੀਂ ਰੱਖਿਆ ਗਿਆ, ਨਾਂ ਵਿੱਚ ਲਿਖਿਆ ਗਿਆ। ਪਰ ਹੁਣ ਸਵਾਲ ਫਿਰ ਇੱਥੇ ਖੜ ਗਿਆ ਕਿ ਕੀ ਕੱਲ੍ਹ ਨੂੰ ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਜੇਲ੍ਹ 'ਚੋਂ ਰਿਹਾ ਕਰਕੇ ਪਾਰਲੀਮੈਂਟ ਦੇ ਵਿੱਚ ਸੰਸਦ ਦੇ ਵਿੱਚ ਭੇਜਿਆ ਜਾਊਗਾ ਤਾਂ ਕਿ ਉਹ ਆਪਣੀ ਸਹੁੰ ਚੁੱਕ ਸਕਣ? ਹੁਣ ਇੱਥੇ ਦੋ ਤਰ੍ਹਾਂ ਦੀਆਂ ਗੱਲਾਂ ਨੇ। ਪਹਿਲੀ ਗੱਲ ਕਿ ਕੀ ਅੰਮ੍ਰਿਤਪਾਲ ਸਿੰਘ ਖੁਦ ਉਸ ਸੰਵਿਧਾਨ ਦੀ ਸਹੁੰ ਚੁੱਕਣੀ ਚਾਹੁੰਣਗੇ ਜਿਹੜੇ ਸੰਵਿਧਾਨ ਨੂੰ ਉਹ ਨਾ ਮੰਨਣ ਦੀ ਗੱਲ ਕਰਦੇ ਰਹੇ ਨੇ? ਇਹ ਸਵਾਲ ਜਿਹੜਾ ਹੈ ਅਕਾਲੀ ਅਤੇ ਕਾਂਗਰਸੀ ਲਗਾਤਾਰ ਉਠਾਉਂਦੇ ਰਹੇ ਨੇ। ਹੁਣ ਅਗਲਾ ਸਵਾਲ ਇਹ ਹੈ ਕਿ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਚੱਲ ਚੁੱਕਿਆ, ਮੋਦੀ ਸਰਕਾਰ ਤੀਜੀ ਵਾਰ ਬਣ ਤਾਂ ਗਈ ਹੈ ਪਰ ਬੜੀ ਬੜੀ ਕਮਜ਼ੋਰ ਸਰਕਾਰ ਹੈ, ਕਿਉਂਕਿ ਇਸ ਵਾਰ ਮੋਦੀ ਸਰਕਾਰ ਨਹੀਂ, ਇਸ ਵਾਰ ਗੱਠਜੋੜ ਸਰਕਾਰ ਬਣੀ ਹੈ। 272 ਸੀਟਾਂ ਬਣਨ ਲਈ ਚਾਹੀਦੀਆਂ ਸੀ ਅਤੇ ਮੋਦੀ ਦੀ ਪਾਰਟੀ BJP ਨੂੰ 240 ਹੀ ਆਈਆਂ ਨੇ ਅਤੇ ਸਰਕਾਰ ਫਿਰ ਗੱਠਜੋੜ ਨਾਲ ਜੋੜ ਤੋੜ ਨਾਲ ਬਣ ਰਹੀ ਹੈ, ਜਿਹ 'ਚ ਚੰਦਰਬਾਬੂ ਨਾਇਡੂ ਹੈ, ਜਿਹ 'ਚ ਨਿਤਿਸ਼ ਕੁਮਾਰ ਹੈ, ਜਿਹ 'ਚ ਏਕਨਾਥ ਸ਼ਿੰਦੇ ਹੈ। ਹੁਣ ਕੱਲ੍ਹ ਨੂੰ ਸਹੁੰ ਚੁੱਕਣੀ ਆ ਸਾਰੇ MPਆਂ ਨੇ, ਔਰ ਉੱਧਰ ਜਦੋਂ ਹੁਣ ਅੰਮ੍ਰਿਤਪਾਲ ਦਾ ਨਾਂ MPਆਂ ਦੀ ਲਿਸਟ 'ਚ ਆ ਗਿਆ ਸਹੁੰ ਚੁੱਕਣ ਵਾਲਿਆਂ ਦੀ, ਤਾਂ ਉੱਧਰ ਅੰਮ੍ਰਿਤਪਾਲ ਦੇ ਪਰਿਵਾਰਕ ਮੈਂਬਰਾਂ ਨੇ, ਅੰਮ੍ਰਿਤਪਾਲ ਦੇ ਸਾਥੀਆਂ ਨੇ, ਉਹਦੀ ਟੀਮ ਨੇ ਅਤੇ ਉਹਦੇ ਵਕੀਲਾਂ ਨੇ ਪਹਿਲਾਂ ਤੋਂ ਹੀ ਜਿਹੜੀ ਅੰਮ੍ਰਿਤਪਾਲ ਨੂੰ ਸਹੁੰ ਚੁੱਕਣ ਲਈ ਰਿਹਾ ਕਰਾਉਣ ਦੀ ਕੋਸ਼ਿਸ਼ ਜਾਰੀ ਕੀਤੀ ਹੋਈ ਸੀ ਉਹਨੂੰ ਹੋਰ ਤੇਜ਼ ਕਰ ਦਿੱਤਾ ਗਿਆ। ਅੰਮ੍ਰਿਤਪਾਲ ਦੇ ਸਾਥੀ ਅਤੇ ਉਹਦੀ ਟੀਮ ਇਹ ਚਾਹੁੰਦੀ ਹੈ ਕਿ ਸਹੁੰ ਚੁੱਕਣ ਕਰਕੇ ਹੀ ਸਹੀ, ਕੁਝ ਟਾਈਮ ਲਈ ਹੀ ਸਹੀ, ਅੰਮ੍ਰਿਤਪਾਲ ਇੱਕ ਵਾਰ ਬਾਹਰ ਆਵੇ ਔਰ ਉਹ ਆ ਕੇ ਚਾਹੇ 2-4 ਲਾਈਨਾਂ ਹੀ ਸਹੀ ਆਪਣੇ ਮੂੰਹ ਦੇ ਵਿੱਚੋਂ ਉਹ ਉਹਨਾਂ ਲੋਕਾਂ ਲਈ ਬੋਲੇ ਜਿਹਨੇ ਉਹਨਾਂ ਨੂੰ ਜਿਤਾਇਆ। ਬਹੁਤ ਸਾਰੀਆਂ ਗੱਲਾਂ ਲੋਕ ਹੁਣ ਅੰਮ੍ਰਿਤਪਾਲ ਦੇ ਮੂੰਹੋਂ ਜਾਣਨੀਆਂ ਚਾਹੁੰਦੇ ਨੇ। ਪਹਿਲੀ ਗੱਲ ਕਿ ਕੀ ਸੱਚਮੁੱਚ ਅੰਮ੍ਰਿਤਪਾਲ ਦੀ ਚੋਣ ਲੜਨ ਦੀ ਆਪਣੀ ਹੀ ਇੱਛਾ ਸੀ, ਇਹ ਜਾਣਨਾ ਲੋਕ ਤਾਂ ਚਾਹੁੰਦੇ ਨੇ ਕਿਉਂਕਿ ਅੰਮ੍ਰਿਤਪਾਲ ਸਿੰਘ ਖੁਦ ਇਸ ਦੇਸ਼ ਦੀ ਪਾਰਲੀਮੈਂਟ ਨੂੰ, ਕਾਨੂੰਨਾਂ ਨੂੰ ਅਤੇ ਸੰਵਿਧਾਨ ਨੂੰ ਨਾ ਮੰਨਣ ਦੀ ਗੱਲ ਤਾਂ ਕਰਦੇ ਹੀ ਰਹੇ ਨੇ। ਇਸ ਕਰਕੇ ਹੁਣ ਸਾਰੇ ਅੰਮ੍ਰਿਤਪਾਲ ਦੇ ਮੂੰਹ 'ਚੋਂ ਜਾਣਨਾ ਚਾਹੁੰਦੇ ਨੇ, ਉਹਦੇ ਆਪਣੇ ਸ਼ਬਦਾਂ ਰਾਹੀਂ ਸੁਣਨਾ ਚਾਹੁੰਦੇ ਨੇ ਕਿ ਕੀ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਇਸ ਚੀਜ਼ ਬਾਰੇ ਸੋਚ ਜਿਹੜੀ ਹੈ ਉਹ ਬਦਲੀ ਹੈ ਜਾਂ ਉੱਥੇ ਹੀ ਹੈ। ਕੀ ਅੰਮ੍ਰਿਤਪਾਲ ਸਿੰਘ ਹੁਣ ਉਸੇ ਸੰਵਿਧਾਨ ਦੀ ਸਹੁੰ ਚੁੱਕਣ ਲਈ ਤਿਆਰ ਹਨ ਜਾਂ ਨਹੀਂ ਹਨ, ਇਹ ਹੁਣ ਸਾਰੇ ਜਾਣਨਾ ਚਾਹੁੰਦੇ ਨੇ, ਸੁਣਨਾ ਚਾਹੁੰਦੇ ਨੇ। ਔਰ ਉੱਧਰ ਅਜੇ ਤੱਕ ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਜੇਲ੍ਹ 'ਚੋਂ ਰਿਹਾ ਕਰਨ ਦੇ ਲਈ ਕੋਈ ਇਜਾਜ਼ਤ ਦੇਣ ਦੀ ਖਬਰ ਜਿਹੜੀ ਹੈ ਅਜੇ ਤੱਕ ਸਾਹਮਣੇ ਨਹੀਂ ਆਈ, ਭਾਵੇਂ ਕਿ ਬਹੁਤ ਵੱਡੇ ਪੱਧਰ 'ਤੇ ਕੋਸ਼ਿਸ਼ ਜਾਰੀ ਹੈ। ਉੱਧਰ ਪਾਰਲੀਮੈਂਟ ਦੇ ਵਿੱਚ ਸਪੀਕਰ ਦਾ ਪੇਚ ਬਹੁਤ ਫਸਿਆ ਹੋਇਆ, ਕਿਉਂਕਿ ਪਹਿਲਾਂ ਜਦੋਂ BJP ਦੀ ਬਹੁਮਤ ਵਾਲੀ ਸਰਕਾਰ ਸੀ ਤਾਂ ਉੱਥੇ BJP ਆਪਣੀ ਮਨ ਮਰਜ਼ੀ ਦਾ ਸਪੀਕਰ ਆਪੇ ਬਣਾਉਂਦੀ ਸੀ, ਪਰ ਇਸ ਵਾਰ
ਸਪੀਕਰ ਵਾਲਾ ਪੇਚ ਬੜਾ ਫਸਿਆ ਹੋਇਆ। ਹੁਣ ਇੱਕ ਪ੍ਰੋ ਟੈਮ ਸਪੀਕਰ ਬਣਾਇਆ ਗਿਆ, ਆਰ ਜੀ ਸਪੀਕਰ ਬਣਾਇਆ ਗਿਆ, ਕੰਮ ਚਲਾਊ ਸਪੀਕਰ ਬਣਾਇਆ ਗਿਆ, ਪ੍ਰੋ ਟੈਮ ਸਪੀਕਰ ਬਣਾਇਆ ਗਿਆ, ਜਿਸ ਦਾ ਨਾਂ ਹੈ ਭਰਤ ਹਰੀ ਮਹਿਤਾਬ, ਜਿਹੜਾ ਕਿ ਹੁਣ ਤੱਕ 7 ਵਾਰ MP ਬਣਿਆ, ਪਾਰਲੀਮੈਂਟ ਦਾ ਸੰਸਦ ਬਣਿਆ, ਪਰ ਕਾਂਗਰਸ ਅਤੇ ਕਾਂਗਰਸ ਦਾ ਇੰਡੀਆ ਗੱਠਜੋੜ ਇਹਦੇ 'ਤੇ ਖੁਸ਼ ਨਹੀਂ ਹੈਗਾ। ਉਹ ਕਹਿੰਦੇ ਆ ਕਿ ਉਹਨਾਂ ਨੇ ਇੱਕ ਨਾਂ ਦਿੱਤਾ ਸੀ ਕਾਂਗਰਸ ਦੇ ਇੱਕ MP ਦਾ, ਜਿਹੜਾ 8 ਵਾਰ MP ਬਣਿਆ, ਤਾਂ ਪਰ ਜਿਹੜੀ BJP ਆ ਉਹਨਾਂ ਨੇ ਪ੍ਰੋ ਟੈਮ ਸਪੀਕਰ ਬਣਾਇਆ ਹੈ ਭਰਤ ਹਰੀ ਮਹਿਤਾਬ ਨੂੰ, ਔਰ ਇਸ ਤੋਂ ਬਾਅਦ ਪੱਕੇ ਤੌਰ 'ਤੇ ਸਪੀਕਰ ਦੀ ਚੋਣ ਵੀ ਹੋਣੀ ਹੈ। ਇਸ ਵਾਰ ਪਹਿਲੀ ਵਾਰ ਇੰਝ ਹੋ ਰਿਹਾ 10 ਸਾਲਾਂ ਤੋਂ ਬਾਅਦ ਵਿਰੋਧੀ ਧਿਰ ਦਾ ਕੋਈ ਨੇਤਾ ਸਾਹਮਣੇ ਆਏਗਾ, ਕਿਉਂਕਿ ਪਹਿਲਾਂ ਤਾਂ ਵਿਰੋਧੀ ਧਿਰ ਇੰਨੀ ਘੱਟ ਸੀਟਾਂ 'ਤੇ ਰਹਿ ਜਾਂਦੀ ਸੀ ਕਿ ਵਿਰੋਧੀ ਧਿਰ ਦੇ ਨੇਤਾ ਵਾਲੀ ਉਹ ਰੇਸ਼ੋ ਹੀ ਨਹੀਂ ਪੂਰੀ ਕਰਦੀ ਸੀ, ਇਸ ਕਰਕੇ ਵਿਰੋਧੀ ਧਿਰ ਦਾ ਕੋਈ ਵੀ ਨੇਤਾ ਪਹਿਲਾਂ ਬਣ ਨਹੀਂ ਪਾਇਆ ਕਦੇ। ਔਰ ਇਸ ਵਾਰ ਹੁਣ ਵਿਰੋਧੀ ਧਿਰ ਦਾ ਨੇਤਾ ਜਿਹੜਾ ਹੈ ਉਹ ਚੋਣ ਕੀਤੀ ਜਾ ਰਹੀ ਹੈ, ਪਹਿਲੀ ਵਾਰ ਵਿਰੋਧੀ ਧਿਰ ਦਾ ਨੇਤਾ ਹੋਏਗਾ। ਉੱਧਰ ਨਰਿੰਦਰ ਮੋਦੀ ਹੋਰੀ ਆਉਂਦਿਆਂ ਹੀ ਨੀਟ ਦੇ ਪੇਪਰ ਲੀਕ ਮਾਮਲੇ ਅਤੇ ਨੈੱਟ ਦੇ ਪੇਪਰ ਲੀਕ ਮਾਮਲੇ ਦੇ ਸਵਾਲਾਂ ਦੇ ਵਿੱਚ ਬੁਰੀ ਤਰ੍ਹਾਂ ਘਿਰ ਚੁੱਕੇ ਨੇ। ਅੱਜ ਮੋਦੀ ਸਾਹਿਬ ਨੇ ਸਹੁੰ ਜਦੋਂ ਚੁੱਕੀ ਹੈ ਪਾਰਲੀਮੈਂਟ ਦੇ ਵਿੱਚ, ਤਾਂ ਉਸ ਤੋਂ ਪਹਿਲਾਂ ਮੋਦੀ ਸਾਹਿਬ ਮੀਡੀਆ ਨੂੰ ਮੁਖਾਤਬ ਹੋਏ ਨੇ, ਔਰ ਮੀਡੀਆ ਨੂੰ ਮੁਖਾਤਬ ਹੁੰਦਿਆਂ ਉਹਨਾਂ ਨੇ ਪਹਿਲੀ ਵਾਰ ਇਹਨਾਂ ਦੋ ਮੁੱਦਿਆਂ ਦਾ ਅੰਸ਼ ਮਾਤਰ ਜ਼ਿਕਰ ਕੀਤਾ, ਡਿਟੇਲ 'ਚ ਤਾਂ ਨਹੀਂ ਕੀਤਾ ਪਰ ਅੰਸ਼ ਮਾਤਰ ਕੀਤਾ। ਸੋ ਅੰਮ੍ਰਿਤਪਾਲ ਦੀ ਰਿਹਾਈ ਬਾਰੇ ਸਸਪੈਂਸ ਅਜੇ ਬਰਕਰਾਰ ਹੈ। ਅੰਮ੍ਰਿਤਪਾਲ ਸਿੰਘ ਦਾ ਨਾਂ ਜਿਹੜਾ ਉਹ ਉਹਨਾਂ MPਆਂ ਦੀ ਲਿਸਟ ਦੇ ਵਿੱਚ ਪਾਇਆ ਗਿਆ ਜਿਨ੍ਹਾਂ ਨੇ ਕੱਲ੍ਹ ਨੂੰ ਸਹੁੰ ਚੁੱਕਣੀ ਹੈ। ਤਾਂ ਅੰਮ੍ਰਿਤਪਾਲ ਬਾਰੇ ਮੈਂ ਦੱਸ ਦਿਆਂ ਕਿ ਅੰਮ੍ਰਿਤਪਾਲ 2 ਲੱਖ ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਖੰਡੂਰ ਸਾਹਿਬ ਪੰਜਾਬ ਦੀ ਜਿਹੜੀ ਲੋਕ ਸਭਾ ਸੀਟ ਹੈ ਉਹ 'ਚੋਂ MP ਜਿੱਤੇ ਨੇ। ਔਰ ਅੰਮ੍ਰਿਤਪਾਲ ਉਹ ਸ਼ਖਸ ਹੈ ਜਿਹੜੇ ਪਹਿਲਾਂ ਦੁਬਈ ਰਹਿੰਦੇ ਸੀ, ਉੱਥੇ ਟਰੱਕਾਂ ਟਰਾਲਿਆਂ ਦਾ ਕਾਰੋਬਾਰ ਕਰਦੇ ਸੀ, ਫਿਰ ਉਹ ਇੱਕਦਮ ਪੰਜਾਬ ਆਉਂਦੇ ਨੇ। ਪੰਜਾਬ ਆ ਕੇ 15-20 ਦਿਨਾਂ ਦੇ ਵਿੱਚ ਹੀ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਖਿੱਚ ਦਾ ਕੇਂਦਰ ਬਣਦੇ ਨੇ। ਉਸ ਤੋਂ ਬਾਅਦ ਫਿਰ ਉਹ ਅੰਮ੍ਰਿਤ ਛਕਦੇ ਨੇ ਆਨੰਦਪੁਰ ਸਾਹਿਬ ਜਾ ਕੇ, ਉੱਥੋਂ ਅੰਮ੍ਰਿਤ ਛਕ ਕੇ ਫਿਰ ਕਈ ਤਰ੍ਹਾਂ ਦੀਆਂ ਉਹਨਾਂ ਦੀਆਂ ਗਤੀਵਿਧੀਆਂ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਨੇ। ਪਹਿਲੀ ਉਹਨਾਂ ਦੀ ਗਤੀਵਿਧੀ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਉਦੋਂ ਬਣਦੀ ਜਦੋਂ ਖਾਲਸਾ ਵਹੀਰ ਦੇ ਨਾਂ ਹੇਠ ਪਿੰਡ ਪਿੰਡ ਜਾਣਾ ਸ਼ੁਰੂ ਕਰਦੇ ਨੇ। ਦੂਜੇ ਪਾਸੇ ਉਦੋਂ ਜਦੋਂ ਉਹ ਫਿਰ ਕਈ ਗੁਰਦੁਆਰਾ ਸਾਹਿਬ ਜਿੱਥੇ ਕਈ ਵਿਕਲਾਂਗ ਜਾਂ ਬਜ਼ੁਰਗਾਂ ਵਾਸਤੇ ਪਿੱਛੇ ਕੁਝ ਬੈਂਚ ਰੱਖੇ ਹੁੰਦੇ ਸੀ ਉਹਨਾਂ ਨੂੰ ਤੋੜਦੇ ਨੇ। ਫਿਰ ਜਦੋਂ ਅੰਮ੍ਰਿਤਪਾਲ ਸਿੰਘ ਅਜਨਾਲਾ ਦੇ ਵਿੱਚ ਥਾਣੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਾਹਿਬ ਲੈ ਕੇ ਚਲੇ ਜਾਂਦੇ ਨੇ, ਉਸ ਵਕਤ ਫਿਰ ਬਹੁਤ ਵੱਡੀ ਚਰਚਾ ਜਿਹੜੀ ਹੈ ਉਹ ਅੰਮ੍ਰਿਤਪਾਲ ਹੋਰਾਂ ਬਾਰੇ ਹੁੰਦੀ ਆ। ਕੁਝ ਲੋਕ ਕਹਿੰਦੇ ਨੇ ਕਿ ਇਹ ਬਹੁਤ ਗਲਤ ਕੀਤਾ ਥਾਣਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਾਣਾ ਜਾਂ ਧਰਨਾ ਲਾਉਣ ਲਈ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਾਹਿਬ ਨੂੰ ਲੈ ਕੇ ਜਾਣਾ ਠੀਕ ਨਹੀਂ ਗਾ, ਕੁਝ ਲੋਕ ਇੰਝ ਕਹਿੰਦੇ ਸੀ। ਔਰ ਕੁਝ ਜਿਹੜੇ ਅੰਮ੍ਰਿਤਪਾਲ ਹੋਰੀ ਉਹਨਾਂ ਦੇ ਸਾਥੀ ਸੀ ਉਹ ਕਹਿੰਦੇ ਸੀ ਕਿ ਸਾਡਾ ਆਪਣਾ ਤਰੀਕਾ, ਅਸੀਂ ਇਹ ਕਰ ਸਕਦੇ ਹਾਂ, ਅਸੀਂ ਕੀਤਾ। ਉਹ ਆਪਣੀ ਗੱਲ ਨੂੰ ਵਾਜ ਠਹਿਰਾਉਂਦੇ ਰਹੇ। ਪਰ ਉਸ ਤੋਂ ਬਾਅਦ ਜਦੋਂ ਫਿਰ ਅੰਮ੍ਰਿਤਪਾਲ ਹੋਰਾਂ ਦੀ ਗ੍ਰਿਫਤਾਰੀ ਦਾ ਪ੍ਰੋਸੈਸ ਸ਼ੁਰੂ ਕਰਦੀ ਹੈ ਸਰਕਾਰ, ਉਹ ਜਦੋਂ ਇੱਕ ਕਾਫਲੇ ਦੇ ਰੂਪ 'ਚੋਂ ਇੱਕ ਸਮਾਗਮ 'ਚ ਜਾ ਰਹੇ ਸੀ, ਰਸਤੇ 'ਚ ਉਹਨਾਂ ਨੂੰ ਰੋਕਿਆ ਜਾਂਦਾ ਅਤੇ ਕਿਸੇ ਤਰੀਕੇ ਨਾਲ ਅੰਮ੍ਰਿਤਪਾਲ ਹੋਰੀ ਆਪਣੀ ਗੱਡੀ ਜਿਹੜੀ ਹੈ ਉਹਨੂੰ ਇੱਕਦਮ ਉੱਥੋਂ ਕੱਢ ਕੇ ਪੁਲਿਸ ਨੂੰ ਝਕਾਨੀ ਦੇ ਕੇ ਉੱਥੋਂ ਨਿਕਲ ਜਾਂਦੇ ਨੇ। ਉਸ ਤੋਂ ਬਾਅਦ ਫਿਰ 2 ਤਰ੍ਹਾਂ ਦੀ ਚਰਚਾ ਚੱਲਦੀ ਰਹੀ। ਇੱਕ ਇਹ ਵੀ ਅੰਮ੍ਰਿਤਪਾਲ ਹੋਰੀ ਨਿਕਲ ਗਏ ਨੇ, ਪੁਲਿਸ ਵੀ ਕਹਿੰਦੀ ਸੀ, ਸਰਕਾਰ ਵੀ ਕਹਿੰਦੀ ਸੀ, ਕੁਛ ਮੀਡੀਆ ਵੀ ਕਹਿੰਦਾ ਸੀ,
ਪਰ ਕੁਝ ਲੋਕ ਇਹ ਦਾਅਵਾ ਕਰਦੇ ਸੀ ਵੀ ਨਹੀਂ, ਪੁਲਿਸ ਨੇ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕੀਤਾ ਹੋਇਆ, ਉਹਨੂੰ ਟੋਰਚਰ ਕੀਤਾ ਜਾ ਰਿਹਾ, ਉਹਨੂੰ ਕੁੱਟਿਆ ਮਾਰਿਆ ਜਾ ਰਿਹਾ ਅਤੇ ਉਹਨੂੰ ਜਾਣ ਬੁੱਝ ਕੇ ਲੋਕਾਂ ਸਾਹਮਣੇ ਨਹੀਂ ਲਿਆਂਦਾ ਜਾ ਰਿਹਾ। ਫਿਰ ਅੰਮ੍ਰਿਤਪਾਲ ਹੋਰਾਂ ਦੀ ਇੱਕ ਵੀਡੀਓ ਸਾਹਮਣੇ ਆਈ ਜਿਹਦੇ 'ਚ ਉਹ ਕਿਸੇ ਅਣਜਾਣ ਜਗ੍ਹਾ ਤੋਂ ਆਪਣੀ ਵੀਡੀਓ ਪਾਉਂਦੇ ਨੇ, ਜਿਹ 'ਚੋਂ ਉਹ ਖੁਦ ਹੀ ਦੱਸਦੇ ਨੇ ਕਿ ਮੈਂ ਪੁਲਿਸ ਦੀ ਗ੍ਰਿਫਤ 'ਚ ਨਹੀਂ ਗਾ, ਮੈਂ ਬਾਹਰ ਹਾਂ। ਅਤੇ ਫਿਰ ਅੰਮ੍ਰਿਤਪਾਲ ਹੋਰਾਂ ਦੀ ਇੱਕ ਜਗਾੜੂ ਰੇਹੜੀ 'ਤੇ ਮੋਟਰਸਾਈਕਲ ਲੈ ਕੇ ਜਾਂਦਿਆਂ ਦੀ ਵੀਡੀਓ ਸਾਹਮਣੇ ਆਉਂਦੀ ਹੈ। ਫਿਰ ਕੁਝ ਹੋਰ ਥਾਵਾਂ 'ਤੇ ਉਹਨਾਂ ਦੀ ਭੇਸ ਬਦਲ ਕੇ ਪੈਂਟ ਕਮੀਜ਼ 'ਚ ਜਾਂਦਿਆਂ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ। ਅਤੇ ਫਿਰ ਅੰਤਿਮ ਜਿਹੜੇ ਅੰਮ੍ਰਿਤਪਾਲ ਸਿੰਘ ਨੇ ਉਹ ਜਿਹੜੇ ਰੋਡੇ ਪਿੰਡ ਜਾ ਕੇ ਉਹਨਾਂ ਨੇ ਆਪਣੀ ਦਸਤਾਰਬੰਦੀ ਕਰਾਈ ਸੀ, ਜਰਨੈਲ ਸਿੰਘ ਭਿੰਡਰਾਂਵਾਲਾ ਹੋਰਾਂ ਦਾ ਜਿਹੜਾ ਪਿੰਡ ਹੈ, ਉੱਥੇ ਹੀ ਜਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਆਪਣਾ ਪੁਲਿਸ ਨੂੰ ਆਤਮ ਸਮਰਪਣ ਜਾਂ ਸਰੈਂਡਰ ਕਰਦੇ ਨੇ। ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਉਹਨਾਂ ਦੇ ਹੋਰ ਸਾਥੀਆਂ ਸਮੇਤ ਆਸਾਮ ਦੀ ਜੇਲ੍ਹ ਡਿਬਰੂਗੜ੍ਹ ਭੇਜ ਦਿੱਤਾ ਜਾਂਦਾ। ਉਸ ਤੋਂ ਬਾਅਦ ਲਗਾਤਾਰ ਉਹ ਉੱਥੋਂ ਦੀ ਜੇਲ੍ਹ 'ਚ ਨੇ। ਪਹਿਲਾਂ ਉਹਨਾਂ 'ਤੇ NSA ਲਾਇਆ ਗਿਆ, NSA ਉਹਨਾਂ ਦੇ ਨਾਲ ਪ੍ਰਧਾਨ ਮੰਤਰੀ ਬਾਜੇ ਕੇ ਜਾਂ ਅੰਮ੍ਰਿਤਪਾਲ ਹੋਰਾਂ ਦੇ ਚਾਚਾ ਜਾਂ ਉਹਨਾਂ ਦੇ ਸਾਥੀ ਪਪਲਪ੍ਰੀਤ ਜਾਂ ਦਲਜੀਤ ਕਲਸੀ, ਕਿੰਨਿਆਂ ਸਾਰਿਆਂ ਦੇ ਉੱਪਰ NSA ਲਾ ਕੇ ਅਤੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਨੂੰ ਭੇਜਿਆ ਗਿਆ। ਤਾਂ ਉਸ ਤੋਂ ਬਾਅਦ ਇੱਕ ਵਾਰ ਪਹਿਲਾਂ NSA ਦੀ ਮਿਆਦ ਵਧਾਈ ਗਈ, ਹੁਣ ਫਿਰ NSA ਦੀ ਮਿਆਦ ਜਿਹੜੀ ਆ ਉਹ ਵਧਾਈ ਗਈ ਹੈ। ਪਰ ਹੁਣ ਜਦੋਂ ਅੰਮ੍ਰਿਤਪਾਲ MP ਜਿੱਤ ਚੁੱਕੇ ਨੇ ਤਾਂ ਉਸ ਤੋਂ ਬਾਅਦ ਹੁਣ ਇਹ ਚਰਚਾ ਅੱਜ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਪਾਲ ਹੋਰੀ ਸਹੁੰ ਚੁੱਕਣ ਦੇ ਲਈ ਬਾਹਰ ਆਉਂਦੇ ਕਿ ਨਹੀਂ ਆਉਂਦੇ ਨਹੀਂ ਪਤਾ, ਪਰ ਉਹਨਾਂ ਦਾ ਨਾਂ ਸਹੁੰ ਚੁੱਕਣ ਵਾਲਿਆਂ ਦੀ ਲਿਸਟ ਦੇ ਵਿੱਚ ਪਾਰਲੀਮੈਂਟ 'ਚ ਲਿਖਿਆ ਗਿਆ ਔਰ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ, ਬਹੁਤ ਮਿਹਰਬਾਨੀ, ਸ਼ੁਕਰੀਆ।